ਜੀ ਅਸਲਾਮ ਵਾਲੇਕੁਮ ਸਸੀ ਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਵਿਚਾਰ ਅਸੀਂ ਮੌਜੂਦ ਹਾਂ ਇਸ ਟਾਂ ਗੁਰਦੁਆਰਾ ਡੇਰਾ ਸਾਹਿਬ ਇੰਡੀਆ ਤੋਂ ਆਇਆ ਸਿੰਘ ਸਿਕਤਾ ਸਾਡੇ ਨਾਲ ਮੌਜੂਦ ਨੇ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਇਹਨਾਂ ਨਾਲ ਕਰਦੇ ਆ ਗੱਲਬਾਤ ਸਸੀ ਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਚੰਦ ਸਿੰਘ ਅੱਛਾ ਡਿਸਟ੍ਰਿਕਟ ਮੋਗਾ ਪੰਜਾਬ ਪੰਜਾਬ ਸਭ ਤੋਂ ਪਹਿਲਾਂ ਮੈਂ ਪੰਜਾਬੀ ਲੋਕ ਵਿਚਾਰ ਚੈਨਲ ਦਾ ਸ਼ੁਕਰੀਆ ਕਰਦਾ ਹਾਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਬੋਲਣ ਦਾ ਤੇ ਔਰ ਪਾਕਿਸਤਾਨੀ ਲੋਕਾਂ ਨੂੰ ਰਹਿ ਹਿੰਦੁਸਤਾਨੀ ਲੋਕਾਂ ਨੂੰ ਜਾਣਨ ਦਾ ਪਤਾ ਲੱਗੇਗਾ ਤੇ ਦੂਸਰਾ ਮੈਂ ਬਾਬੇ ਨਾਨਕ ਅੱਗੇ ਔਰ ਖੁਦਾ ਅੱਗੇ ਇੱਕ ਬੇਨਤੀ ਕਰਨ ਇੱਕ ਜੋਦੜੀ ਕਰਦਾ ਕਿ हे ਖੁਦਾ हे ਬਾਬਾ ਨਾਨਕ ਇਹ ਜੋ ਸਾਡੇ ਬਾਰਡਰ ਬਣ ਚੁੱਕੇ ਆ ਇਹ ਜੋ ਤਾਰਾਂ ਲੱਗ ਚੁੱਕੀਆਂ ਕੰਧਾਂ ਲੱਗ ਚੁੱਕ ਬਣ ਚੁੱਕੀਆਂ ਇਹਨਾਂ ਨੂੰ ਖੋਲ ਦਿਓ ਤਾਂ ਜੋ ਕਿ ਸਾਨੂੰ ਦੋਨਾਂ ਮੁਲਕਾਂ ਨੂੰ ਆਉਣਾ ਜਾਣਾ ਸੌਖਾ ਹੋ ਜਾਵੇ ਅੱਛਾ ਪਾਕਿਸਤਾਨ ਦੇ ਲੋਕ ਤੇ ਉਹਨਾਂ ਲੋਕਾਂ 'ਚ ਆਪਣੇ ਪੰਜਾਬ ਦੇ ਲੋਕਾਂ 'ਚ ਕਿੰਨਾ ਕ ਫਰਕ ਵੇਖਿਆ ਕਹੇ ਜਿਹਾ ਲੋਕ ਨੇ ਦੁਆਨ ਦੇ ਬਸ ਮੈਨੂੰ 1% ਵੀ ਭਿੰਤਾ ਨਜ਼ਰ ਨਹੀਂ ਆਈ ਬਿਲਕੁਲ ਆਪਦੇ ਵਰਗੇ ਲੱਗੇ ਆ ਕੱਲ ਮੈਨੂੰ ਮੌਕਾ ਮਿਲਿਆ ਪਿੰਡ ਦੇ ਵਿੱਚ ਜਾਣ ਦਾ ਮੈਨੂੰ ਉਹ ਪਿੰਡ ਵੀ ਆਪਣਾ ਹੀ ਪਿੰਡ ਲੱਗ ਰਿਹਾ ਸੀਗਾ ਵੀ ਆਪਦੇ ਪਿੰਡਾਂ ਵਰਗੇ ਲੱਗ ਰਿਹਾ ਕੋਈ ਫਰਕ ਨਹੀਂ ਲੱਗਾਗਾ ਠੀਕ ਠੀਕ ਅੱਛਾ ਇਹ ਦੱਸੋ ਕਿ ਤੁਸੀਂ ਇੱਥੇ ਆਣ ਕੇ ਪਾਕਿਸਤਾਨ ਕੋ ਦੋਸਤ ਵੀ ਬਣਾਏ ਕੋ ਸੱਜਣ ਬਣਾਏ ਮੈਂ ਤਾਂ ਜਿਉਂ ਜੰਮਿਆ ਦੋਸਤੀ ਬਣਾਉਣਾ ਜਿੱਥੇ ਜਾਣਾ ਹੈ ਜਹਾਂ ਜਾਈਏ ਤਹਾਂ ਸਹੇਲੇ ਪਤਾ ਨਹੀਂ ਮੈਂ ਕਿੰਨੇ ਦੋਸਤ ਬਣਾ ਲਏ ਬਹੁਤ ਜਿਆਦਾ ਦੋਸਤ ਆਦਾ ਮੁੰਡੇ ਹੁਣੇ ਮੈਂ ਦੋਸਤ ਬਣਾ ਲੀ ਦੋ ਮਿੰਟਾਂ ਵਿੱਚ ਅੱਛਾ ਹਾਂਜੀ ਹਾਂ ਅੱਛਾ ਜੀ ਤੁਹਾਡਾ ਗਿਟਾਰ ਹੋਈ ਕਿਹੜੀ ਜਗ੍ਹਾ ਤੋਂ ਆਇਆ ਸੀ ਜਨਾਬ ਮੇਰਾ ਤਾਰਫ ਇਹ ਕਿ ਮੇਰਾ ਨਾਮ ਅਬਾਸ ਐਲਬਰਟ ਹੈ ਮੈਂ ਕ੍ਰਿਸਚੀਅਨ ਹਾਂ ਤੇ ਮੈਂ ਆਇਆ ਹਾਂ ਜਨਾਬ ਪਿੱਖੀ ਤੋਂ ਸ਼ੇਖੂਪੁਰ ਜ਼ਿਲ੍ਹਾ ਦੇ ਜਿਹੜਾ ਫੈਸਲਾਬਾਦ ਰੋਡ ਤੇ 14 ਕਿਲੋਮੀਟਰ ਅੱਗੇ ਪਿੱਖੀ ਨੇ ਨਜ਼ਦੀਕ ਹੀ ਹੁੰਦੇ ਜਿਹੜਾ ਕੋ 33 ਕਿਲੋਮੀਟਰ ਨਨਕਾਨਾ ਸਾਹਿਬ ਨੇ ਅਸੀਂ ਸੱਚੇ ਸੋਦੇ ਵੀ ਇਹਨਾਂ ਨੂੰ ਮਿਲੇ ਸਾਂ ਤੇ ਦੁਬਾਰਾ ਫਿਰ ਅਸੀਂ ਇੱਥੇ ਇਹਨਾਂ ਨੂੰ ਮਿਲਣ ਆਇਆ ਕਿਉਂਕਿ ਕੱਲ ਇਹਨਾਂ ਨੇ ਚਲੇ ਜਾਣਾ ਤੇ ਸ ਜਸ ਸਰਦਾਰ ਜੀ ਤੁਹਾਡੀ ਉਥੇ ਪੰਜਾਬ ਦੇ ਵਿੱਚ ਕੀ ਮਜ਼ਰੂਰੀਅਤ ਨੇ ਯਾਰ ਮੇਰੇ ਆਪਣੀ ਹਾਂਜੀ ਅਸੀਂ ਦਮਾ ਸਮਾ ਪਿੰਡ ਦੇ ਮੈਂਬਰ ਸਰਪੰਚ ਰਹੇ ਹਾਂ ਔਰ ਹੁਣ ਅਸੀਂ 2018 ਦੇ ਵਿੱਚ ਮੈਂਬਰੀ ਸਰਪੰਚ ਸਭ ਕੁਝ ਛੱਡ ਕੇ ਵਿਲੇ ਹੋ ਚੁੱਕੇ ਹਾਂ ਪਰ ਮੈਂ ਇੱਕ ਸੋਸ਼ਲ ਵਰਕਰ ਹਾਂ ਤੇ এনवायरमेंट ਦੇ ਬਾਬਤ ਵਾਤਾਵਰਣ ਦੀ ਬਾਬਤ ਬਹੁਤ ਜ਼ੋਰ ਸ਼ੋਰ ਨਾਲ ਮੈਂ ਕੰਮ ਕਰ ਰਿਹਾ ਹਾਂ ਅੱਛਾ ਇਧਰ ਤੁਸੀਂ ਗੱਡੀਆਂ 'ਚ ਬੈਠਿਆਂ ਖੇਤੀ ਵੇਖੀ ਹੋਣੀ ਆ ਪਾਕਿਸਤਾਨੀ ਖੇਤੀ ਤੇ ਉਧਰ ਆਪਣੇ ਪੰਜਾਬ ਚੜਦੇ ਪੰਜਾਬ ਦੀ ਖੇਤੀ ਕੋਈ ਹੈ ਕੋ ਡਿਫਰੈਂਟ ਨਜ਼ਰ ਆਇਆ ਜਿਹੜਾ ਇਹ ਗਾਣੋਂ ਦੀ ਗੱਲ ਕਰਦੇ ਨੇ ਇਹ ਸਰਕਾਰ ਦਾ ਸਿਸਟਮ ਗਲਤ ਆ ਸਾਨੂੰ ਰਾਤ ਨੂੰ ਹੀ ਲੈ ਜਾਂਦੇ ਆ ਤੇ ਰਾਤ ਨੂੰ ਲੈ ਕੇ ਆਉਂਦੇ ਆ ਕਰਤਾਰ ਪਰ ਜੁੜ ਦੇਣਗੇ ਦੇ ਨੇ ਆਏ ਆ ਪਰ ਜਿੰਨਾ ਕਿ ਮੈਂ ਦੇਖਿਆ ਉਹ ਸਾਡੇ ਪੰਜਾਬ ਨਾਲੋਂ ਖੇਤੀ ਥੋੜੀ ਥੋੜੀ ਕਮਜ਼ੋਰ ਹੈ ਕਿਉਂਕਿ ਤੁਹਾਡੇ ਡੀਏਪੀ ਐ ਖਾਦ ਹੈ ਉਹ 11-12 ਹਜ਼ਾਰ ਨੂੰ ਹੈ ਤੇ ਸਾਡੇ 11-1200 ਨੂੰ ਡੀਏਪੀ ਅੱਛਾ ਜੀ ਹਾਂ ਇਤਨਾ ਫਰਕ ਹੈ ਫਿਰ ਤੁਸੀਂ ਡੀਏਪੀ ਕਿੱਥੋਂ ਡਾਲੋ ਇਹੀ ਤਾਂ ਮੈਂ ਕਹਿ ਰਿਹਾ ਨਾ ਬਾਡਰ ਖੁੱਲ ਜਾਏ ਤੁਹਾਨੂੰ ਡੀਏਪੀ 25-2600 ਤੁਹਾਨੂੰ ਮਿਲੇ 3000 ਨੂੰ ਘੱਟਾ ਮਿਲੇ ਔਰ ਜਿਹੜੀਆਂ ਅਸੀਂ ਉੱਥੇ ਚੀਜ਼ਾਂ ਵੇਂਘੀਆਂ ਲੈਣੀਆਂ ਠੋਲ ਜਾਈਓ ਸਾਨੂੰ ਸਸਤੀਆਂ ਮਿਲਣ ਜਿਹੜਾ ਆਵਾਮ ਆਮ ਪਬਲਿਕ ਹੈ ਉਹ ਆਪ ਦਾ ਸਰਟੀਫਾਈ ਹੋਵੇ ਸੌਖੀ ਹੋਵੇ ਇਹ ਜਿਹੜੇ ਸਾਡੇ ਮੁਕਮ ਲੀਡਰ ਹੈ ਮੈਂ ਲੀਡਰਾਂ ਨੂੰ ਵੀ ਬੇਨਤੀ ਕਰਨਾ ਚਾਹੁੰਨਾ ਪਾਕਿਸਤਾਨੀ ਔਰ ਹਿੰਦੁਸਤਾਨੀਆਂ ਨੂੰ ਵੀ ਵਾਸਤਾ ਰੱਬ ਦਾ ਤੁਸੀਂ ਬਾਰਡਰ ਖੋਲ੍ਹ ਦਿਓ ਸਾਨੂੰ ਜਿਹੜੀ ਪਬਲਿਕ ਹੈ ਸਾਨੂੰ ਪਬਲਿਕ ਨੂੰ ਸੌਖੇ ਹੱਲ ਲੈ ਲੈਂਦੇ ਹੋ ਜੀ ਸਾਡੇ ਨਾਲ ਸਰਦਾਰ ਜੀ ਮੌਜੂਦ ਸੇ ਉਹਨਾਂ ਦਾ ਇਹੀ ਕਹਿਣਾ ਸੀਗਾ ਕਿ ਜਿਹੜਾ ਕਿ ਦੋਨੋਂ ਪਾਸੇ ਜਿਹੜੀਆਂ ਸਰਕਾਰਾਂ ਦੀ ਆਪਣੀ ਕੁਰਸੀ ਦੀ ਮਨਮਰਜ਼ੀ ਦੇ ਵਾਅਦੇ ਨਾਲ ਜਿਹੜਾ ਕਿ ਉਹਦਾ ਖਮਿਆਦਾ ਜਿਹੜਾ ਆਵਾਮ ਨੂੰ ਭੁਗਤਣਾ ਪੈ ਰਿਹਾ ਦੋਨਾਂ ਪਾਸੇ ਜਿਹੜੀ ਆਵਾਮ ਇੱਕ ਦੂਸਰੇ ਨੂੰ ਮਿਲਣ ਵਾਸਤੇ ਤਰਸਦੀ ਹੈਗੀ ਆ ਦਿਲਾਂ 'ਚ ਬਹੁਤ ਪਿਆਰ ਹੈਗਾ ਵਾ ਲੇਕਿਨ ਇਹ ਜਿਹੜੀ ਬਾਰਡਰ ਲਾਈਨ ਆ ਹੁਣ ਟੁੱਟ ਜਾਣੀ ਚਾਹੀਦੀ ਆ ਤੇ ਇਹਦੇ ਨਾਲ ਹੀ ਕਰਦੇ ਆ ਰੱਬ ਰਾਖਾ